ਪੱਟੇ ਪੁੱਟੇ ਕੀ ਦੇ ਤੇਰੇ ਆਪਦਾ ਨੁਕਸਾਨ ਕੀਤਾ ਤੇ ਤੁਸੀਂ ਪੁਲਿਸ ਕੋਲੇ ਜਾਂਦੇ ਉੱਥੇ ਕਾਰਵਾਈ ਮੇਰੇ ਸਾਹਮਣੇ ਜਨਾਨੀਆਂ ਨੂੰ ਦਾਰੂ ਪੀ ਰਿਹਾ ਮੇਰੇ ਨਾਲ ਬਰਾਬਰ ਤੇ ਕਹਿੰਦਾ ਮੈਂ ਬਾਬਾ ਆ। ਇੱਕ ਸ਼ਖਸ ਦੇ ਵੱਲੋਂ ਆਪਣੇ ਹੀ ਬਾਈਕ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਇਸ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਵਿਅਕਤੀ ਨੇ ਇਸ ਦੇ ਆਰੇ ਦੇ ਉੱਤੇ ਕਬਜ਼ਾ ਕਰ ਲਿਆ ਤੇ ਕਬਜ਼ੇ ਦੇ ਕਾਰਨ ਹੁਣ ਇਸ ਦਾ ਪਰਿਵਾਰ ਜੋ ਹੈ ਉਹ ਸੜਕਾਂ ਦੇ ਉੱਤੇ ਆ ਗਿਆ। ਵਾਰ-ਵਾਰ ਇਸ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਗਈ ਕਿ ਇਸ ਨੂੰ ਕਬਜ਼ਾ ਛੁਡਵਾ ਕੇ ਦਿੱਤਾ ਜਾਵੇ, ਪਰ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਗੁੱਸੇ ਦੇ ਵਿੱਚ ਆਏ ਇਸ ਨੌਜਵਾਨ ਦੇ ਵੱਲੋਂ ਆਪਣੇ ਹੀ ਬਾਈਕ ਨੂੰ ਅੱਗ ਲਗਾ ਦਿੱਤੀ ਗਈ। ਹਾਲਾਂਕਿ ਜਿਵੇਂ ਹੀ ਅੱਗ ਲਗਾਈ ਗਈ ਉਸ ਤੋਂ ਬਾਅਦ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਨੂੰ ਸੱਦਿਆ ਜਾਂਦਾ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਹੁਣ ਕਾਬੂ ਕਰ ਲਿਆ ਗਿਆ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ। ਉੱਥੇ ਆਰਾ ਮਾਲਕ ਦਾ ਕਹਿਣਾ ਹੈ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਇਹ ਜੋ ਆਰਾ ਸੀ ਉਹ ਇਸਦੀ ਭੈਣਾਂ ਦੇ ਨਾਮ 'ਤੇ ਸੀ, ਜਿਨ੍ਹਾਂ ਦੇ ਕੋਲੋਂ ਉਸ ਆਰਾ ਮਾਲਕ ਦੇ ਵੱਲੋਂ ਹੁਣ ਇਸ ਨੂੰ ਖਰੀਦ ਲਿਆ ਗਿਆ ਸੀ ਤੇ ਇਹ ਨੌਜਵਾਨ ਆਏ ਦਿਨ ਆ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਤੇ ਜਦੋਂ ਉਹ ਇਸ ਦਾ ਵਿਰੋਧ ਕਰਦੇ ਨੇ ਤਾਂ ਉਹਨਾਂ ਨਾਲ ਗਾਲੀ ਗਲੋਚ ਕੀਤਾ ਜਾਂਦਾ ਹੈ। ਤਾਂ ਉੱਥੇ ਜੋ ਉਹ ਨੌਜਵਾਨ ਹੈ ਉਸਦੇ ਵੱਲੋਂ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਇਸ ਨੌਜਵਾਨ ਨੂੰ ਪੁਲਿਸ ਜੋ ਹੈ ਆਪਣੇ ਨਾਲ ਲੈ ਜਾਂਦੀ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਖੁਦ ਹੀ ਆਪਣੇ ਬਾਈਕ ਨੂੰ ਸੜਕ ਦੇ ਵਿਚਕਾਰ ਅੱਗ ਲਗਾ ਦਿੱਤੀ ਗਈ। ਹਾਂਜੀ, ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ, ਕਿਉਂਕਿ ਇੱਕ ਮੋਟਰਸਾਈਕਲ ਨੂੰ ਅੱਗ ਲਾਈ ਗਈ ਹੈ ਤੁਹਾਡੇ ਆਰੇ ਦੇ ਸਾਹਮਣੇ? ਵੀਰੇ, ਅਸੀਂ ਨਾ ਸਾਡੀ ਮਾਰਕੀਟ ਆ ਯਾਰਾ ਮਾਰਕੀਟ, ਇੱਕ ਕਾਲੀ ਮੁੰਡਾ ਨਾ ਨਸ਼ੇ ਕਰਦਾ, ਇੱਥੇ ਚਿੱਟੇ ਦਾ ਅੱਡਾ ਇਹਨੇ ਬਣਾਇਆ ਹੋਇਆ ਸੀਗਾ, ਸਾਰੀ ਮਾਰਕੀਟ ਨੂੰ ਪਤਾ ਇਸ ਗੱਲ ਦਾ, ਅਤੇ ਇਹਦਾ ਕੋਈ ਰੌਲਾ ਸੀਗਾ ਇਹਦੀਆਂ ਭੈਣਾਂ ਨਾਲ ਜਗ੍ਹਾ ਦਾ, ਵੀ ਉਹ ਜਗ੍ਹਾ ਅਸੀਂ ਜਾਣੀ ਇਹਨਾਂ ਤੋਂ ਲੈ ਲਈ ਹੈ, ਉਹਦੇ ਕੁੜੀਆਂ ਤੋਂ ਅਸੀਂ ਖਰੀਦ ਲਈ ਸੀਗੀ, ਅਤੇ ਹੁਣ ਇਹ ਨਸ਼ੇੜੀ ਬੰਦਾ ਆ, ਸਾਰਿਆਂ ਨੂੰ ਪਤਾ, SHO ਸਾਹਿਬ ਨੂੰ ਵੀ ਪਤਾ ਇਸ ਗੱਲ ਦਾ, SHO ਸਾਹਿਬ ਨੇ ਅੱਗੇ ਵੀ ਗੱਲ ਕੀਤੀ ਹੋਈ ਹੈ ਵੀ ਇਹ ਬੰਦਾ ਨਸ਼ੇੜੀ ਹੈ, ਵੀ ਇਹ ਕੋਈ ਨਾ ਕੋਈ ਤੁਹਾਡੇ ਨਾਲ ਹਰਕਤ ਕਰੂਗਾ ਤੇ ਅੱਜ ਉਹਨੇ ਕਰਤੀ, ਉੱਤੋਂ 15 ਅਗਸਤ ਦਾ ਟਾਈਮ ਹੈ ਤੇ ਇਹਨੇ ਹਰਕਤ ਵੀ ਉਹ ਟਾਈਮ ਦੇ ਕੀਤੀ ਆ, ਵੀ ਜਿਹੜਾ ਬਈ ਬਹੁਤ ਹੀ ਗਲਤ ਸਮੇਂ ਤੇ ਕੀਤੀ ਹੈ ਹਰਕਤ, ਤੇ ਗੱਲ ਕੁਛ ਨਹੀਂ, SHO ਸਾਹਿਬ ਨੂੰ ਸਾਰੀ ਖਬਰ ਆ ਵੀ ਇਹਨੇ ਵਾਰਦਾਤ ਕਰਨੀ ਕਰਨੀ ਆ, ਸਾਡੇ ਬਹੁਤ ਕਹਿਣ ਦੇ ਬਾਵਜੂਦ ਵੀ ਨਾ ਇਹ ਹਟੇ ਨਹੀਂ ਤੇ ਨਾ ਉਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ। ਜਿਹੜੇ ਮੋਟਰਸਾਈਕਲ ਨੂੰ ਉਹਨੇ ਅੱਗ ਲਾਈ, ਉਹ ਮੋਟਰਸਾਈਕਲ ਕੀ ਭਾਂਜੇ ਦਾ ਸੀਗਾ, ਇਹ ਦੋਨੋਂ ਆਏ, ਮਾਮਾ ਭਾਂਜੇ ਇੱਥੇ ਆਏ ਆ, ਦੋਵੇਂ ਮਾਮਾ ਭਾਂਜੇ ਇੱਥੇ ਆਏ ਆ ਤੇ ਆ ਕੇ ਇਹਨਾਂ ਨੇ ਅੱਗ ਲਾਈ, ਇਸ਼ੂ ਬਣਾਇਆ ਜੀ, ਗੱਲ ਨੂੰ ਇਸ਼ੂ ਬਣਾਇਆ, ਬਸ ਹੋਰ ਕੁਛ ਨਹੀਂ ਗਈ। ਉਹ ਇਲਜ਼ਾਮ ਲਾ ਰਿਹਾ ਕਹਿੰਦਾ ਮੇਰੇ ਜਿਹੜਾ ਆਰੇ ਦੇ ਧੱਕੇ ਨਾਲ ਕਬਜ਼ਾ ਕੀਤਾ ਗਿਆ। ਉਹ ਮੈਂ ਤੁਹਾਨੂੰ ਦੱਸਦਾ ਜੀ, ਉਹ ਸਾਡੇ ਕੋਲ ਸਾਰੇ ਕਾਗਜ਼ ਆ ਜੀ, ਸਾਡਾ ਕੋਲ ਪ੍ਰੂਫ ਸਾਰਾ ਕੁਛ ਹੈਗਾ ਆ, ਇਹਦਾ ਕੋਈ ਅੱਡਾ ਨਹੀਂ, ਸਾਡੀ ਆਰਾ ਮਾਰਕੀਟ ਸਾਰੀ ਸਾਡੇ ਨਾਲ ਹੈ, ਕੋਈ ਕਿਸੇ ਤਰ੍ਹਾਂ ਪ੍ਰੂਫ ਇਹਦੇ ਕੋਲ ਪੇਸ਼ ਨਹੀਂ ਹੋਇਆ ਜੀ। ਸਾਨੂੰ ਇਤਲਾਹ ਮਿਲੀ ਸੀਗੀ ਆਰਾ ਮਾਰਕੀਟ ਦੇ ਵਿੱਚ ਕੋਈ ਅੱਗ ਲੱਗੀ ਹੋਈ ਹੈ, ਅਸੀਂ ਮੌਕੇ 'ਤੇ ਪਹੁੰਚੇ ਹਾਂ, ਆ ਕੇ ਇਹਦੀ ਜਾਂਚ ਕਰ ਰਹੇ ਹਾਂ, ਪਤਾ ਕਰ ਰਹੇ ਹਾਂ ਵੀ ਇਹਦੇ ਕੀ ਕਾਰਨ ਬਣਿਆ, ਮੋਟਰਸਾਈਕਲ ਬਿਲਕੁਲ ਸੜਿਆ ਹੋਇਆ। ਇਹ ਕੌਣ ਸੀ, ਲੋਕ ਕੌਣ ਆਏ, ਆਪ ਇਹਦੀ ਕੋਈ ਇਹਨਾਂ ਦੇ ਸਾਕ ਸੰਬੰਧੀ ਹੈ ਜਾਂ ਕੌਣ ਬੰਦੇ ਆ ਇਹ? ਅਸੀਂ ਹਜੇ ਪਹੁੰਚੇ ਹਾਂ, ਮੌਕੇ 'ਤੇ ਗੱਲਬਾਤ ਕਰ ਰਹੇ ਹਾਂ, ਜਿਹਨਾਂ ਦਾ ਆਰਾ ਮਾਲਕ ਵੀ ਇੱਥੇ ਮੌਕੇ 'ਤੇ ਪਹੁੰਚਿਆ, ਇਹਨਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਹਾਂ। ਜਿਹੜੀ ਅੱਗ ਲੱਗੀ ਹੈ ਉਹਦੇ ਵਿੱਚ ਕੀ ਨੁਕਸਾਨ ਹੋਇਆ? ਮੋਟਰਸਾਈਕਲ ਦਾ ਨੁਕਸਾਨ ਹੋਇਆ, ਕੋਈ ਜਾਨੀ ਜਾਨੀ ਮਾਲੀ ਨੁਕਸਾਨ? ਬੰਦਾ ਰਸ 'ਚ ਲੈ ਲਿਆ ਜਿਹਨੇ ਅੱਗ ਲਾਈ ਹੈ, ਪਤਾ ਕਰ ਰਹੇ ਹਾਂ ਜਾ ਕੇ। ਅੱਛਾ, ਜਿਹਨਾਂ ਜਿਹਨਾਂ ਦੇ ਆਰਾ ਸਾਹਮਣੇ ਹੈਗਾ,
ਉਹਨਾਂ ਵੱਲੋਂ ਵੀ ਇਹ ਆਰੋਪ ਲਾਏ ਜਾ ਰਹੇ ਆ ਵੀ ਸਾਡੇ ਕੋਲ ਸਾਡੇ ਵੱਲੋਂ ਪੁਲਿਸ ਨੂੰ ਕੰਪਲੇਂਟ ਪਹਿਲਾਂ ਹੀ ਦਿੱਤੀ ਹੈ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈਗੀ। ਇਹਨਾਂ ਦਾ ਜਗ੍ਹਾ ਪਿੱਛੇ ਮਾਨਯੋਗ ਅਦਾਲਤ ਵਿੱਚ ਵੀ ਝਗੜਾ ਚੱਲ ਰਿਹਾ ਜੀ ਅਤੇ ਪਹਿਲਾਂ ਲੜਾਈ ਝਗੜੇ ਦੇ ਵੀ ਪਰਚੇ ਦਰਜ ਹੋਏ ਉਹਨਾਂ ਦੀ ਵੀ ਪੇਸ਼ ਕੀਤੀ ਜਾ ਰਹੀ।